ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਇਹ ਨੌਜਵਾਨ ਕਿਸਾਨ ਜਿਸ ਦੀ ਦਰਦਨਾਕ ਮੌਤ ਹੋਈ ਹੈ। ਦੱਸਦੇ ਕਿ ਖੇਤ ਗਿਆ ਸੀ, ਮੋਟਰ ਖਰਾਬ ਹੋਈ ਤਾਂ ਟਰਾਂਸਫਾਰਮਰ ਸਹੀ ਕਰਨ ਲੱਗ ਪਿਆ, ਜਿੱਥੇ ਇਸ ਨੂੰ ਕਰੰਟ ਲੱਗਿਆ। ਮੌਕੇ 'ਤੇ ਹੀ ਇਸ ਨੌਜਵਾਨ ਦੀ ਮੌਤ ਹੋ ਗਈ। 37 ਸਾਲ ਦਾ ਗੁਰਮੀਤ ਸਿੰਘ ਕਰੰਟ ਲੱਗਣ ਕਰਕੇ ਦਮ ਤੋੜ ਗਿਆ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਅਚਾਨਕ ਖੇਤ ਦੇ ਵਿੱਚ ਲੱਗੀ ਮੋਟਰ ਬੰਦ ਹੋਣ ਕਾਰਨ ਗੁਰਮੀਤ ਸਿੰਘ ਮੋਟਰ ਨਾਲ ਲੱਗਾ ਟਰਾਂਸਫਾਰਮਰ ਸਹੀ ਕਰ ਰਿਹਾ ਸੀ ਤਾਂ ਉਸਨੂੰ ਕਰੰਟ ਲੱਗ ਗਿਆ। ਉਸਨੂੰ ਸਰਕਾਰੀ ਹਸਪੀਟਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਫਿਰ ਉਸਨੂੰ ਲੁਧਿਆਣਾ ਰੈਫਰ ਕੀਤਾ ਗਿਆ, ਜਿੱਥੇ ਗੁਰਮੀਤ ਸਿੰਘ ਦੀ ਮੌਤ ਹੋ ਗਈ। ਤਾਂ ਇਸ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਰਕੇ ਮੌਤ ਹੋਈ ਹੈ। ਖੇਤ ਦੇ ਵਿੱਚ ਲੱਗੀ ਮੋਟਰ ਬੰਦ ਹੋ ਗਈ ਸੀ ਔਰ ਮੋਟਰ ਦੇ ਨਾਲ ਲੱਗਾ ਟਰਾਂਸਫਾਰਮਰ ਸਹੀ ਕਰਦਾ ਸੀ ਤਾਂ ਅਚਾਨਕ ਇੱਕ ਅਜਿਹਾ ਝਟਕਾ ਪਿਆ ਜਿਸ ਦੇ ਨਾਲ ਗੁਰਮੀਤ ਸਿੰਘ ਮੌਕੇ 'ਤੇ ਹੀ ਦਮ ਤੋੜ ਗਿਆ। ਹਾਲਾਂਕਿ ਉਸਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਪਰ ਗੁਰਮੀਤ ਸਿੰਘ ਦੀ ਜਾਨ ਨਿਕਲ ਚੁੱਕੀ ਸੀ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦਾ ਇਹ ਪੂਰਾ ਮਾਮਲਾ ਹੈ। ਉੱਥੇ ਦਾ ਹੀ ਇਹ ਨੌਜਵਾਨ ਰਹਿਣ ਵਾਲਾ ਸੀ। ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਇਹ ਨੌਜਵਾਨ ਕਿਸਾਨ ਜਿਸ ਦੀ ਦਰਦਨਾਕ ਮੌਤ ਹੋਈ ਹੈ। ਦੱਸਦੇ ਕਿ ਖੇਤ ਗਿਆ ਸੀ, ਮੋਟਰ ਖਰਾਬ ਹੋਈ ਤਾਂ ਟਰਾਂਸਫਾਰਮਰ ਸਹੀ ਕਰਨ ਲੱਗ ਪਿਆ, ਜਿੱਥੇ ਇਸ ਨੂੰ ਕਰੰਟ ਲੱਗਿਆ। ਮੌਕੇ 'ਤੇ ਹੀ ਇਸ ਨੌਜਵਾਨ ਦੀ ਮੌਤ ਹੋ ਗਈ। 37 ਸਾਲ ਦਾ ਗੁਰਮੀਤ ਸਿੰਘ ਕਰੰਟ ਲੱਗਣ ਕਰਕੇ ਦਮ ਤੋੜ ਗਿਆ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਅਚਾਨਕ ਖੇਤ ਦੇ ਵਿੱਚ ਲੱਗੀ ਮੋਟਰ ਬੰਦ ਹੋਣ ਕਾਰਨ ਗੁਰਮੀਤ ਸਿੰਘ ਮੋਟਰ ਨਾਲ ਲੱਗਾ ਟਰਾਂਸਫਾਰਮਰ ਸਹੀ ਕਰ ਰਿਹਾ ਸੀ ਤਾਂ ਉਸਨੂੰ ਕਰੰਟ ਲੱਗ ਗਿਆ। ਉਸਨੂੰ ਸਰਕਾਰੀ ਹਸਪੀਟਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਫਿਰ ਉਸਨੂੰ ਲੁਧਿਆਣਾ ਰੈਫਰ ਕੀਤਾ ਗਿਆ, ਜਿੱਥੇ ਗੁਰਮੀਤ ਸਿੰਘ ਦੀ ਮੌਤ ਹੋ ਗਈ। ਤਾਂ ਇਸ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਰਕੇ ਮੌਤ ਹੋਈ ਹੈ। ਖੇਤ ਦੇ ਵਿੱਚ ਲੱਗੀ ਮੋਟਰ ਬੰਦ ਹੋ ਗਈ ਸੀ ਔਰ ਮੋਟਰ ਦੇ ਨਾਲ ਲੱਗਾ ਟਰਾਂਸਫਾਰਮਰ ਸਹੀ ਕਰਦਾ ਸੀ ਤਾਂ ਅਚਾਨਕ ਇੱਕ ਅਜਿਹਾ ਝਟਕਾ ਪਿਆ ਜਿਸ ਦੇ ਨਾਲ ਗੁਰਮੀਤ ਸਿੰਘ ਮੌਕੇ 'ਤੇ ਹੀ ਦਮ ਤੋੜ ਗਿਆ। ਹਾਲਾਂਕਿ ਉਸਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਪਰ ਗੁਰਮੀਤ ਸਿੰਘ ਦੀ ਜਾਨ ਨਿਕਲ ਚੁੱਕੀ ਸੀ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦਾ ਇਹ ਪੂਰਾ ਮਾਮਲਾ ਹੈ। ਉੱਥੇ ਦਾ ਹੀ ਇਹ ਨੌਜਵਾਨ ਰਹਿਣ ਵਾਲਾ ਸੀ। ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਇਹ ਨੌਜਵਾਨ ਕਿਸਾਨ ਜਿਸ ਦੀ ਦਰਦਨਾਕ ਮੌਤ ਹੋਈ ਹੈ। ਦੱਸਦੇ ਕਿ ਖੇਤ ਗਿਆ ਸੀ, ਮੋਟਰ ਖਰਾਬ ਹੋਈ ਤਾਂ ਟਰਾਂਸਫਾਰਮਰ ਸਹੀ ਕਰਨ ਲੱਗ ਪਿਆ, ਜਿੱਥੇ ਇਸ ਨੂੰ ਕਰੰਟ ਲੱਗਿਆ। ਮੌਕੇ 'ਤੇ ਹੀ ਇਸ ਨੌਜਵਾਨ ਦੀ ਮੌਤ ਹੋ ਗਈ। 37 ਸਾਲ ਦਾ ਗੁਰਮੀਤ ਸਿੰਘ ਕਰੰਟ ਲੱਗਣ ਕਰਕੇ ਦਮ ਤੋੜ ਗਿਆ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਅਚਾਨਕ ਖੇਤ ਦੇ ਵਿੱਚ ਲੱਗੀ ਮੋਟਰ ਬੰਦ ਹੋਣ ਕਾਰਨ ਗੁਰਮੀਤ ਸਿੰਘ ਮੋਟਰ ਨਾਲ ਲੱਗਾ ਟਰਾਂਸਫਾਰਮਰ ਸਹੀ ਕਰ ਰਿਹਾ ਸੀ ਤਾਂ ਉਸਨੂੰ ਕਰੰਟ ਲੱਗ ਗਿਆ। ਉਸਨੂੰ ਸਰਕਾਰੀ ਹਸਪੀਟਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਫਿਰ ਉਸਨੂੰ ਲੁਧਿਆਣਾ ਰੈਫਰ ਕੀਤਾ ਗਿਆ, ਜਿੱਥੇ ਗੁਰਮੀਤ ਸਿੰਘ ਦੀ ਮੌਤ ਹੋ ਗਈ। ਤਾਂ ਇਸ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਰਕੇ ਮੌਤ ਹੋਈ ਹੈ। ਖੇਤ ਦੇ ਵਿੱਚ ਲੱਗੀ ਮੋਟਰ ਬੰਦ ਹੋ ਗਈ ਸੀ ਔਰ ਮੋਟਰ ਦੇ ਨਾਲ ਲੱਗਾ ਟਰਾਂਸਫਾਰਮਰ ਸਹੀ ਕਰਦਾ ਸੀ ਤਾਂ ਅਚਾਨਕ ਇੱਕ ਅਜਿਹਾ ਝਟਕਾ ਪਿਆ ਜਿਸ ਦੇ ਨਾਲ ਗੁਰਮੀਤ ਸਿੰਘ ਮੌਕੇ 'ਤੇ ਹੀ ਦਮ ਤੋੜ ਗਿਆ। ਹਾਲਾਂਕਿ ਉਸਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਪਰ ਗੁਰਮੀਤ ਸਿੰਘ ਦੀ ਜਾਨ
ਨਿਕਲ ਚੁੱਕੀ ਸੀ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦਾ ਇਹ ਪੂਰਾ ਮਾਮਲਾ ਹੈ, ਉੱਥੇ ਦਾ ਹੀ ਇਹ ਨੌਜਵਾਨ ਰਹਿਣ ਵਾਲਾ ਸੀ।